हाँ जी वीरे सत श्रीकाल जी। सत श्रीकाल जी, की हाल चाल है जी? ठीक ठाक हो जी? वधिया, बहुत वधिया वीरे। ते की नाम है वीरे अपना जी? मेरा नाम सतनाम सिंह है जी। ठीक है वीरे, पिंड पिंड है जी। ਕਿਹੜਾ ਪਿੰਡ ਹੈ ਜੀ? ਰਾਜਿਆਣਾ ਪਿੰਡ ਹੈ ਜੀ। ਰਾਜਿਆਣਾ ਜੀ? ਹਾਂਜੀ ਰਾਜਿਆਣਾ, ਬਾਗੇ ਪੁਰਾਣੇ ਦੇ ਕੋਲ ਹੈ ਜੀ। ਬਾਗੇ ਪੁਰਾਣੇ ਦੇ ਕੋਲ? ਠੀਕ ਹੈ ਠੀਕ ਹੈ। ਤੇ ਵੀਰੇ ਮੰਡੀ ਦੇ ਵਿੱਚ ਸਟੈਲੀਅਨ ਲੈ ਕੇ ਆਏ ਹੋ ਜੀ? ਹਾਂਜੀ ਮੰਡੀ ਦੇ ਵਿੱਚ ਸਟੈਲੀਅਨ ਲੈ ਕੇ ਆਏ ਜੀ, ਇੱਧਰ ਦੋ ਤਿੰਨ ਬੱਚੇ ਲੈ ਕੇ ਆਏ ਆ ਜੀ। ਓਕੇ ਜੀ ਓਕੇ। ਤੇ ਬਾਈ ਇਹ ਸਟੈਲੀਅਨ ਦਾ ਨਾਮ ਕੀ ਹੈ ਜੀ? ਇਹ ਸਟੈਲੀਅਨ ਦਾ ਨੇਮ ਹੈਗਾ ਜੀ ਗੱਬਰ। ਗੱਬਰ ਇਹਦਾ ਜੀ ਬਾਪ ਹੈਗਾ ਸਮੁੰਦਰ ਘੋੜਾ ਮੇਟੂ ਰੋਡੇ ਵਾਲਾ, ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਜੀ। ਹਾਂਜੀ 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 ਬਿਲਕੁਲ, ਮੰਡੀ ਦੇ ਵਿੱਚ ਵੀ ਆਇਆ ਹੋਇਆ ਜੀ। ਠੀਕ ਹੈ ਜੀ। ਇਹ ਵੀ ਉਮਰ ਹੋ ਗਈ ਆ ਜੀ 3 ਸਾਲ ਤੇ 5-6 ਮਹੀਨੇ ਜੀ, 4 ਦਿਨ ਲੱਗ ਚੁੱਕੇ ਆ ਜੀ। ਠੀਕ ਹੈ ਜੀ। ਹਾਂਜੀ ਤੇ ਹੁਣ ਅਸੀਂ ਮੀਟਿੰਗ ਲਈ ਛੱਡਣਾ ਵੀ ਸਟਾਰਟ ਕਰਤਾ ਜੀ। ਓਕੇ ਜੀ। 4 ਮਹੀਨੇ ਹੋ ਗਏ ਸਾਨੂੰ ਮੀਟਿੰਗ ਲਈ ਛੱਡਦੇ ਨੂੰ ਜੀ। ਠੀਕ ਹੈ ਠੀਕ ਹੈ। ਹਾਂਜੀ ਤੇ ਵੀਰੇ ਹਾਈਟ ਕਿੰਨੀ ਹੈ ਜੀ ਇਹਦੀ? ਹਾਈਟ ਇਹਦੀ ਜੀ 65 ਪਲੱਸ ਆ ਜੀ, 65 ਇੰਚ ਲੈਵਲ ਸਕੇਅਰ ਵਾਲੀ ਹਾਈਟ ਹੈ। ਠੀਕ ਹੈ ਠੀਕ ਹੈ। ਤੇ ਵੀਰੇ ਮਾਂ ਦੀ ਗੱਲ ਕਰੀਏ? ਮਾਂ ਦੀ ਗੱਲ ਕਰੀਏ ਤਾਂ ਜੀ ਇਹਦੀ ਮਾਂ ਹੈਗੀ ਆ 3 ਤੋਂ ਬਾਹਰ ਹਾਈਟ ਹੈ ਜੀ। ਓਕੇ ਜੀ। ਮਾਂ ਇਹਦੀ ਕਾਲੇ ਕਾਲੇ ਹਰਵਿੰਦਰ ਕੋਲੇ ਘੋੜਾ ਹੁੰਦਾ ਸੀ ਇੱਕ ਜੀ। ਓਕੇ। ਸਪੋਟਲੈਸ, ਉਹ ਹਜੇ ਤੱਕ ਵੀ ਨੈਚੁਰਲੀ ਸਪੋਟਲੈਸ ਘੋੜਾ ਜੀ। ਠੀਕ ਹੈ ਜੀ। ਬਹੁਤ ਵਧੀਆ ਘੋੜਾ ਸੀਗਾ, ਆਲ ਇੰਡੀਆ ਚੈਂਪੀਅਨ ਘੋੜਾ ਸੀਗਾ ਜੀ। ਇਹਦੀ ਮਾਂ ਉਹਦੀ ਧੀ ਹੈ। ਠੀਕ ਹੈ ਜੀ। ਮਾਲੀ ਸਾਈਡ ਤੋਂ ਵੀ ਬਹੁਤ ਚੰਗੀ ਬਲੱਡ ਲੈਣ, ਬਾਕੀ ਬਾਪ ਤਾਂ ਇਹਦਾ, ਬਾਪ ਤਾਂ ਤੁਹਾਨੂੰ ਪਤਾ। ਹਾਂ ਹਾਂ, ਦੱਸਣ ਦੀ ਲੋੜ ਹੀ ਨਹੀਂ। ਤੇ ਵੀਰੇ ਇਹ ਕਿੰਨੀਆਂ ਘੋੜੀਆਂ ਮੀਟ ਹੋ ਗਈਆਂ ਜੀ ਇਹ ਤੋਂ? ਨਹੀਂ ਜੀ ਹਜੇ ਤੱਕ ਜੀ 26 ਘੋੜੀਆਂ ਮੀਟ ਕਰਾਈਆਂ, ਸਾਨੂੰ ਛੱਡਦੇ ਨੂੰ ਹਜੇ 3.5-4 ਮਹੀਨੇ ਹੋਏ ਆ। ਓਕੇ ਓਕੇ। ਤੇ ਹਜੇ ਤਾਂ ਫਿਰ ਬਾਈ ਰਿਜ਼ਲਟ ਵੀ ਨਹੀਂ ਹਜੇ ਤੱਕ ਆਣਾ? ਹਾਂ ਰਿਜ਼ਲਟ ਹਜੇ ਨਹੀਂ, ਹਜੇ ਤੱਕ ਤੁਹਾਨੂੰ ਪਤਾ ਕੀ ਆਉਂਗਾ। ਠੀਕ ਹੈ ਠੀਕ ਹੈ। ਤੇ ਬਾਈ ਮੀਟਿੰਗ ਫੀਸ ਕੀ ਰੱਖੀ ਹੈ ਜੀ? ਮੀਟਿੰਗ ਫੀਸ ਜੀ ਬਸ ਜਿਵੇਂ ਲੋਕਾਂ ਨੇ ਆਮ ਜੀ 11,000 ਰੁਪਈਆ, ਕੋਈ ਵਾਲੀ ਨਹੀਂ। ਠੀਕ ਹੈ ਠੀਕ ਹੈ। ਬਾਕੀ ਕੋਈ ਮਿੱਤਰ ਮਿਲੀ ਆਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਹਿਣਾ, ਮਤਲਬ ਕੋਈ ਬੰਦਾ ਘਰੋਂ? ਹਾਂ ਹਾਂ ਬਿਲਕੁਲ ਬਿਲਕੁਲ, ਸ਼ੌਂਕੀ ਬੰਦਾ ਉਹਦੇ ਅਸੀਂ ਕੋਈ ਨਹੀਂ ਕਰਦੇ ਜੀ, ਇਹ ਆਪਾਂ ਸ਼ੌਂਕ ਲਈ ਰੱਖਿਆ, ਕੋਈ ਆਪਾਂ ਇਹ ਚ ਪ੍ਰੋਫਿਟ ਨਹੀਂ। ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਬਾਈ, ਬਹੁਤ ਚੰਗੀ ਗੱਲ ਹੈ। ਦੇਖੋ ਜੇ ਤੁਸੀਂ ਫੀਸ ਘੱਟ ਕਰਦੇ ਹੋ ਕਿਸੇ ਦਾ ਸ਼ੌਂਕ ਬਾਈ ਬਣਦਾ ਹੈ, ਕਈ ਬੰਦੇ ਬਾਈ ਨਹੀਂ ਫੀਸ ਅਫੋਰਡ ਕਰ ਸਕਦੇ। ਹਾਂਜੀ ਹਾਂਜੀ। ਕਿਉਂਕਿ 11,000 ਹੈ ਵੀ ਥੋੜਾ, ਪਰ ਹੈ ਵੀ ਬਾਈ ਕਈਆਂ ਲਈ ਬਹੁਤ ਵੱਡੀ ਰਕਮ ਹੋ ਜਾਂਦੀ ਹੈ। ਤੇ ਬਾਈ ਬਹੁਤ ਚੰਗੀ ਗੱਲ ਹੈ। ਤੇ ਬਾਈ ਇਹਨੂੰ ਮੜਾ ਤੋਰ ਕੇ ਦਿਖਾਓਗੇ? ਹਾਂਜੀ ਹਾਂਜੀ ਬਾਈ, ਗੱਡੀ ਬਈ ਮੜੇ ਜੀ ਕੋ ਆ ਲੈ ਉਹਨੂੰ ਕਰ। ਬਾਕੀ ਵੀਰੇ ਘੋੜਾ ਤੁਹਾਡਾ ਬਹੁਤ ਸੋਹਣਾ ਹੈ ਜੀ, ਬਹੁਤ ਸੋਹਣਾ ਸਟਰਕਚਰ ਵਜੋਂ ਦੇਖੀਏ ਤਾਂ ਬਹੁਤ ਸੋਹਣਾ ਜੀ, ਸੁੰਬ ਸੰਭ ਬਹੁਤ ਵਧੀਆ ਲੱਗੇ ਹੋਏ ਨੇ ਘੋੜੇ ਨੂੰ ਬਾਈ। ਤੇ ਬਾਈ ਡਾਈਟ ਕੀ ਦਿੰਦੇ ਹੋ ਘੋੜੇ ਨੂੰ ਜੀ? ਡਾਈਟ ਜੀ ਇਹਨੂੰ ਬਸ ਜਿੱਦਾਂ ਜਮੀ ਹੋ ਗਈ, ਛੋਲੇ ਹੋ ਗਏ ਜੀ। ਠੀਕ ਹੈ ਜੀ ਠੀਕ ਹੈ। ਮਾੜਾ ਮੋਟਾ ਨਾ ਮਾਤਰ ਚੋਕਰ ਜੀ। ਓਕੇ ਜੀ ਓਕੇ। ਹਾਂਜੀ ਛੋਲੇ ਛਾਲੇ ਇੱਦਾਂ ਦੀ, ਸੋਇਆਬੀਨ ਮਾੜੀ ਮੋਟੀ ਜੀ। ਠੀਕ ਹੈ ਜੀ, ਮੁੱਠੀ ਕੇ ਜੀ ਬਸ। ਠੀਕ ਹੈ ਠੀਕ ਹੈ। ਤੇ ਬਾਈ ਰਾਈਡਿੰਗ ਕਰਦੇ ਹੋ? ਰਾਈਡਿੰਗ ਇਹਦੀ ਕਰਦੇ ਆ ਜੀ, ਇਹ ਰਾਈਡਿੰਗ ਲਈ ਜੀ ਸਾਡੇ ਇਹ ਸਾਡੇ ਵੱਡੇ ਭਰਾ ਜੀ। ਓਕੇ ਜੀ। ਤੇ ਇਹ ਸਾਡੇ ਜੀ ਬਹੁਤ ਹੀ ਸਾਨੂੰ ਮਤਲਬ ਸਾਨੂੰ ਸਹਾਇਤਾ ਦਿੰਦੇ ਆ ਜੀ। ਠੀਕ ਹੈ ਜੀ ਠੀਕ ਹੈ। ਸਮੇਂ ਤੇ ਸਾਡੇ ਨਾਲ ਜੀ ਬਹੁਤ, ਇਹਨਾਂ ਨੇ ਘੋੜਾ ਤਿਆਰ ਕੀਤਾ ਜੀ, ਇਹਨਾਂ ਦਾ ਘੋੜਾ ਤਿਆਰ ਕਰਨ ਦੇ ਵਿੱਚ ਬਾਈ ਉਹਨਾਂ ਦਾ ਘੋੜਾ ਤਿਆਰ ਹੱਥ ਆ ਜੀ, ਯੋਗਦਾਨ ਬਹੁਤ ਜ਼ਿਆਦਾ, ਬਹੁਤ ਵੱਡਾ ਹੱਥ ਇਹਨਾਂ ਦਾ ਜੀ ਘੋੜਾ ਤਿਆਰ ਕਰਦੇ। ਨਹੀਂ ਨਹੀਂ ਬਾਈ ਇਕੱਲਾ ਬੰਦਾ ਘੋੜਾ ਨਹੀਂ ਤਿਆਰ ਕਰ ਸਕਦਾ, ਇਹ ਤਾਂ ਭਰਾਵਾਂ ਦੇ ਸਹਿਯੋਗ ਨਾਲ ਹੀ ਘੋੜਾ ਹੁੰਦਾ। ਬਾਕੀ ਬਾਈ ਘੋੜੇ ਦਾ ਸੁੰਬ ਸੰਭ, ਹਾਂਜੀ ਹਾਂਜੀ, ਹੱਡ ਗੋਡਾ ਬਹੁਤ ਲੱਗਿਆ ਹੈ। ਹਾਂਜੀ ਹਾਂਜੀ। ਵੀਰੇ ਇੱਕ ਵਾਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। ਮੇਰਾ ਨੰਬਰ ਹੈਗਾ ਜੀ 99-149-58-570 ਜੀ। ਇੱਕ ਵਾਰ ਵੀਰੇ ਦੁਬਾਰਾ ਫੇਰ ਬੋਲ ਦਿਓ, 99-149-58-570 ਜੀ। ਠੀਕ ਹੈ ਠੀਕ ਹੈ। ਪਿੰਡ ਰਾਜਿਆਣਾ ਜੀ। ਠੀਕ ਹੈ ਜੀ। ਅਤੇ ਬਾਘਾ ਪੁਰਾਣਾ ਤਹਿਸੀਲ ਆ ਜੀ ਅਤੇ ਮੋਗਾ ਜ਼ਿਲ੍ਹਾ ਜੀ। ਠੀਕ ਹੈ ਵੀਰੇ। ਹਾਂਜੀ। ਅਤੇ ਬਾਕੀ ਰਾਜਿਆਣਾ ਪਿੰਡ ਸਾਰੇ ਘੋੜੇ ਪਾਲਕਾਂ ਨੂੰ ਪਤਾ ਹੀ ਆ ਜੀ, ਬਾਬੂ ਰਾਜ ਸਿੰਘ ਰਾਜਿਆਣੇ ਦਾ ਪਿੰਡ ਆ ਜੀ, ਸਾਡੇ ਸੀਨੀਅਰ ਆ ਜੀ, ਬਹੁਤ ਵਧੀਆ ਬਜ਼ੁਰਗ ਜੀ। ਓਕੇ। ਸਾਨੂੰ ਉਹਨਾਂ ਦੀ ਵੀ ਜੋ ਵੀ ਸਾਨੂੰ ਕਹਿਣਾ, ਘੋੜਿਆਂ ਦੇ ਵਿੱਚ ਜੋ ਵੀ ਹੈ ਉਹਨਾਂ ਦਾ ਆਸ਼ੀਰਵਾਦ ਵੱਧ ਹੈ। ਹਾਂਜੀ ਬਹੁਤ। ਹਾਂਜੀ ਉਹ ਸਾਨੂੰ ਕਦੇ ਵੀ ਸਾਨੂੰ ਲੋੜ ਪਵੇ ਸਾਡਾ ਸਾਡੇ ਨਾਲ ਖੜਦੇ ਆ, ਤੁਹਾਡੇ ਨਾਲ ਖੜਦੇ ਆ ਜੀ। ਕਿਸੇ ਵੀ ਕੋਈ ਬਿਮਾਰ ਜਾਨਵਰ ਹੁੰਦਾ ਜਾਂ ਕੁਛ ਵੀ ਹੁੰਦਾ, ਅਸੀਂ ਉਹਨਾਂ ਤੋਂ ਸਹਾਇਤਾ ਲੈਂਦੇ ਹਾਂ ਜੀ। ਠੀਕ ਹੈ ਠੀਕ ਹੈ। ਬਹੁਤ ਹੀ ਸਿਆਣੇ ਆ। ਠੀਕ ਹੈ ਠੀਕ ਹੈ। ਹਾਂਜੀ ਬਾਈ ਤੁਰ ਲਓ ਮਾੜਾ ਸਿੱਧਾ। ਤੇ ਬਾਈ ਸਟੱਡ ਫਾਰਮ ਤੇ ਕਿੰਨੇ ਜਾਨਵਰ ਨੇ ਜੀ ਆਪਣੇ ਕੋਲ? ਸਟੱਡ ਫਾਰਮ ਤੇ ਜੀ ਆਪਣੇ ਕੋਲੇ ਕੁੱਲ 7-8 ਜਾਨਵਰ ਆ ਜੀ। ਓਕੇ ਜੀ। ਜਿਹਦੇ ਵਿੱਚ ਜੀ 4 ਘੋੜੀਆਂ ਪੱਕੀਆਂ ਘਰੇ ਬੱਚਿਆਂ ਲਈ ਰੱਖੀਆਂ ਹੋਈਆਂ ਜੀ। ਓਕੇ ਜੀ। ਤੇ 1-2 ਬੱਚੇ ਛੇਲ ਪਚੇ ਲਈ ਆਪਾਂ ਰੱਖ ਲੈਂਦੇ ਹਾਂ ਜੀ। ਠੀਕ ਹੈ ਜੀ ਠੀਕ ਹੈ। ਤੁਹਾਨੂੰ ਆਸਟ੍ਰੇਲੀਅਨ ਹੋ ਗਿਆ ਜੀ। ਠੀਕ ਹੈ ਠੀਕ ਹੈ। ਇਹ ਆਪਣੇ ਕੋਲੇ ਪੱਕਾ ਜੀ, ਇਹ ਆਪਣਾ
ਚਲੋ ਠੀਕ ਹੈ ਬਾਈ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ ਸਤਿ ਸ਼੍ਰੀ ਅਕਾਲ।